ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਨੀਰੂ ਬਿਜਰਵਾਨ, ਸਾਡੇ ਨਾਲ ਲੋਕ ਸਭਾ ਦੇ ਮੈਂਬਰ ਮਲਵਿੰਦਰ ਸਿੰਘ ਕੰਗ ਇੱਥੇ ਮੌਜੂਦ ਨੇ। ਸਰ, ਸ਼ੁਕਰਾਨਾ ਪਾਠ ਤੁਸੀਂ ਰੱਖਿਆ, ਹਲਕਾ ਵਾਸੀ ਇੱਥੇ ਮੌਜੂਦ ਨੇ, ਕਿਹੋ ਜਿਹਾ ਫੀਲ ਕਰ ਰਹੇ ਹੋ? ਡੈਫੀਨੇਟਲੀ ਦੇਖੋ, ਜਿਸ ਪਵਿੱਤਰ ਧਰਤੀ 'ਤੇ ਖੜ੍ਹੇ ਹਾਂ ਉੱਥੇ ਤਾਂ ਆਪਣੇ ਆਪ 'ਚ ਹੀ ਸਾਡੇ ਵਾਸਤੇ ਬੜੀ ਭਾਗਾਂ ਵਾਲੀ ਗੱਲ ਹੈ। ਔਰ ਅੱਜ ਗੁਰੂ ਸਾਹਿਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੇ ਲੋਕਾਂ ਦਾ ਸੁਪਨਾ ਸਾਕਾਰ ਕੀਤਾ, ਜਿਸ ਤਹਿਤ ਪੰਜਾਬ ਦੇ ਲੋਕ ਦੇਸ਼ ਭਰ 'ਚ ਸੁਭਾਏਮਾਨ ਵੱਖ ਵੱਖ ਤੀਰਥ ਅਸਥਾਨਾਂ ਦੇ ਦਰਸ਼ਨ ਮੁਫ਼ਤ ਸਫ਼ਰ ਰਾਹੀਂ ਕਰ ਰਹੇ ਨੇ। ਧਾਰਮਿਕ ਅਸਥਾਨਾਂ ਦੀ ਯਾਤਰਾ ਲਈ PRTC ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਤੋਂ ਇਲਾਵਾ ਵਿਸ਼ੇਸ਼ ਟ੍ਰੇਨਾਂ ਦਾ ਵੀ ਪ੍ਰਬੰਧ ਕੀਤਾ ਗਿਆ। ਉਹਨਾਂ ਦਾ ਕੰਮ ਕਰਨਾ ਕਿ ਅੱਜ ਤੀਰਥ ਯਾਤਰਾ ਦਾ ਜਿਹੜਾ ਪ੍ਰੋਗਰਾਮ ਹੈ ਉਹ ਸ਼ੁਰੂ ਕਰਨਾ। ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪਹਿਲੀ ਗੱਡੀ ਸ਼੍ਰੀ ਹਜ਼ੂਰ ਸਾਹਿਬ ਜਾ ਰਹੀ, ਨਾਂਦੇੜ ਜਾ ਰਹੀ। ਯਾਤਰੀਆਂ ਨੂੰ ਸ਼੍ਰੀ ਹਜ਼ੂਰ ਸਾਹਿਬ, ਪਟਨਾ ਸਾਹਿਬ, ਵਾਰਾਣਸੀ, ਮਥੁਰਾ, ਵਰਿੰਦਾਵਨ, ਅਜਮੇਰ ਸ਼ਰੀਫ ਤੱਕ ਦੀ ਰੇਲ ਗੱਡੀ ਰਾਹੀਂ ਯਾਤਰਾ ਕਰਵਾਈ ਜਾ ਰਹੀ ਹੈ। ਜਦਕਿ ਸ਼੍ਰੀ ਅੰਮ੍ਰਿਤਸਰ ਸਾਹਿਬ, ਤਲਵੰਡੀ ਸਾਬੋ, ਸ਼੍ਰੀ ਅਨੰਦਪੁਰ ਸਾਹਿਬ, ਮਾਤਾ ਚਿੰਤਪੁਰਨੀ, ਮਾਤਾ ਨੈਣਾ ਦੇਵੀ, ਮਾਤਾ ਵੈਸ਼ਨੋ ਦੇਵੀ, ਸਾਲਾਸਰ, ਬਾਲਾ ਜੀ ਧਾਮ, ਖਾਟੂ ਸ਼ਾਮ ਧਾਮ, ਮਾਤਾ ਜਵਾਲਾ ਜੀ ਤੱਕ ਬੱਸਾਂ ਰਾਹੀਂ ਮੁਫ਼ਤ ਸਫ਼ਰ ਕਰਵਾਇਆ ਜਾ ਰਿਹਾ ਹੈ। ਹੁਣ ਤੱਕ 33,500 ਤੋਂ ਵੱਧ ਸ਼ਰਧਾਲੂਆਂ ਨੇ ਇਸ ਯੋਜਨਾ ਦਾ ਲਾਭ ਲਿਆ। ਸਰਕਾਰ ਸਾਨੂੰ ਖਾਣਾ ਦਾਣਾ ਵੀ ਦਿੰਦੀ ਹੈ, ਬਿਨ ਕਿਰਾਏ ਤੋਂ ਲੈ ਚੱਲੀ ਹੈ ਯਾਤਰਾ ਕਰਨ, ਸਰਕਾਰ ਦੇ ਧੰਨਵਾਦ ਹੈ। ਜੋ ਇਹ ਉਪਰਾਲਾ ਕੀਤਾ ਭਗਵੰਤ ਮਾਨ CM ਸਾਹਿਬ ਨੇ, ਬਹੁਤ ਵਧੀਆ ਕੀਤਾ ਹੈ। ਇਸ ਸਕੀਮ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੀਰਥ ਯਾਤਰਾ ਦੇ ਖਰਚੇ ਦੀ ਚਿੰਤਾ ਦੂਰ ਕੀਤੀ ਹੈ। ਟੁਕਰਾਨੇ ਵਜੋਂ ਸਾਰੀ ਸੰਗਤ ਨੇ ਅਰਦਾਸ ਕੀਤੀ ਹੈ, ਪੂਰੀ ਆਮ ਆਦਮੀ ਪਾਰਟੀ ਦੀ ਟੀਮ ਇੱਥੇ ਮੌਜੂਦ ਹੈ, ਔਰ ਗਾਂ ਵੀ ਜਿਹੜਾ ਲੋਕਾਂ ਨਾਲ ਵਾਅਦੇ ਕੀਤੇ ਆ ਉਹਨਾਂ ਨੂੰ ਲੈ ਕੇ ਵੀ ਜਿਹੜਾ ਆ ਉਹ ਕਮਿਟਮੈਂਟ ਅਸੀਂ ਦੁਹਰਾਈ ਆ, ਔਰ ਗੁਰੂ ਸਾਹਿਬ ਅੱਗੇ ਅਰਦਾਸ ਵੀ ਕੀਤੀ ਆ ਵੀ ਸਾਨੂੰ ਤਾਕਤ ਦੇਣ। ਅੱਛਾ, ਇਸ ਵੇਲੇ ਆਪਾਂ ਗੱਲ ਕਰਦੇ ਹਾਂ ਹਿਮਾਚਲ ਦੇ CM ਦੀ। ਸ਼ਾਨਨ ਪ੍ਰੋਜੈਕਟ ਕਾਫੀ ਚਿਰ ਤੋਂ ਸੁਪਰੀਮ ਕੋਰਟ ਤੱਕ ਪਹੁੰਚਿਆ, ਸੁਪਰੀਮ ਕੋਰਟ ਦੇ ਵਿੱਚ ਕਾਰਵਾਈ ਚੱਲਦੀ ਰਹੀ, ਕਾਰਵਾਈ ਹੁਣ PM ਦੇ ਨਾਲ ਮੁਲਾਕਾਤ ਹੋਈ ਹੈ, ਮੋਦੀ ਨਾਲ ਮੁਲਾਕਾਤ ਹੋਈ ਹੈ, ਅਤੇ ਕਿਹਾ ਕਿ ਸ਼ਾਨਨ ਪ੍ਰੋਜੈਕਟ ਦਾ ਜੋ ਪੂਰਾ ਮਾਲਿਕਾਨਾ ਹੱਕ ਹੈ ਉਹ ਹਿਮਾਚਲ ਨੂੰ ਦੇ ਦੇਣਾ ਚਾਹੀਦਾ। ਬਿਲਕੁਲ, ਦੇਖੋ ਇਹਨੂੰ ਅਸੀਂ ਸ਼ਰੇ ਤੋਂ ਰੂਲ ਆਊਟ ਕਰਦੇ ਹਾਂ। ਸ਼ਾਨਨ ਪ੍ਰੋਜੈਕਟ ਪੰਜਾਬ ਦੀ ਪ੍ਰੋਪਰਟੀ ਹੈ, ਪੰਜਾਬ ਦਾ ਅਦਾਰਾ ਹੈ, ਔਰ ਇਹਦੇ 'ਤੇ ਬਿਲਕੁਲ ਵੀ ਕਿਸੇ ਤਰ੍ਹਾਂ ਦੇ ਹਿਮਾਚਲ ਦਾ ਕੋਈ ਹੱਕ ਨਹੀਂ ਹੈ। ਇਹ ਅਨਸੈਸਰੀ ਕੰਟਰੋਵਰਸੀਆਂ ਕ੍ਰੀਏਟ ਕਰ ਰਹੀਆਂ, ਔਰ ਪੰਜਾਬ ਦੇ ਮਾਮਲੇ ਦਖਲਅੰਦਾਜ਼ੀ ਆ ਹਿਮਾਚਲ ਦੀ। ਸੋ ਹਿਮਾਚਲ ਸਰਕਾਰ ਨੇ ਕਿਹਾ ਕਿ ਉਹ ਜਿੱਥੇ ਬਣਿਆ ਹੈ ਉਹ ਹਿਮਾਚਲ ਦੀ ਥਾਂ ਹੈਗੀ ਹੈ, ਇਸ ਵਾਸਤੇ ਉਹ ਪ੍ਰੋਜੈਕਟ ਹਿਮਾਚਲ ਨੂੰ ਹੀ ਮਿਲਣਾ ਚਾਹੀਦਾ। ਦੇਖੋ, ਬਣਨ ਦੀ ਗੱਲ ਨਹੀਂ ਹੈ ਤਾਂ ਫਿਰ ਪੰਜਾਬ ਚੰਡੀਗੜ੍ਹ ਜਿਹੜੀ ਪੰਜਾਬ ਦੀ ਰਾਜਧਾਨੀ ਆ ਉਹ ਫਿਰ ਹਿਮਾਚਲ ਭਵਨ ਬਣਿਆ, ਫਿਰ ਉਹ ਸਾਡਾ ਹੋ ਗਿਆ, ਹਿਮਾਚਲ ਦਾ ਹੀ ਹੈ ਨਾ। ਅਤੇ ਦਿੱਲੀ ਅਤੇ ਸਾਰੇ ਸਟੇਟਾਂ ਦੇ ਭਵਨ ਹੈ ਉਹ ਫਿਰ ਦਿੱਲੀ ਸਰਕਾਰ ਦੇ ਹੋ ਗਏ, ਇਹ ਕੋਈ ਲੌਜਿਕ ਨਹੀਂ ਗਾ। ਸੋ ਇਹ ਤਾਂ ਅੰਡਰਸਟੈਂਡਿੰਗ ਸੀ, ਔਰ ਪੰਜਾਬ ਨੇ ਉਹਦੇ ਲਈ ਪੇ ਕੀਤਾ ਹੈ, ਔਰ ਕਿਉਂਕਿ ਹਿਮਾਚਲ ਕਿਸੇ ਟਾਈਮ ਪੰਜਾਬ ਦਾ ਹਿੱਸਾ ਸੀ, ਤਾਂ ਪੰਜਾਬ ਦੇ ਬਹੁਤ ਸਾਰੇ ਅਦਾਰੇ ਆ ਜਿਹੜੇ ਚਾਹੇ ਉਹ ਹਿਮਾਚਲ ਦੀ ਸੀਮਾ ਹੋਵੇ ਚਾਹੇ ਹਰਿਆਣੇ ਦੀ, ਉਹਦੇ 'ਚ ਹੈਗੇ ਆ ਸਾਡੇ। ਸਭ ਤੋਂ ਵੱਡੀ ਗੱਲ ਹੈ, ਇੱਕ ਸੰਸ਼ੋਧਨ ਬਿੱਲ, ਯੂਨੀਵਰਸਿਟੀ ਸੰਸ਼ੋਧਨ ਬਿੱਲ ਪਾਸ ਕਰਕੇ ਭੇਜਿਆ ਸੀ ਇੱਥੋਂ ਪੰਜਾਬ ਸਰਕਾਰ ਵੱਲੋਂ, ਉਹ ਵਾਪਸ ਕਰ ਦਿੱਤਾ ਗਿਆ, ਅਤੇ ਹੁਣ ਕਿਆ ਚਾਂਸਲਰ ਜੋ ਹੈ ਉਹ ਰਾਜਪਾਲ ਹੀ ਰਹਿਣਗੇ? ਦੇਖੋ, ਸਟੇਟਾਂ ਦੀਆਂ ਜਿਹੜੀਆਂ ਯੂਨੀਵਰਸਿਟੀਜ਼ ਹੈ ਉਹ ਪੂਰੀ ਤਰ੍ਹਾਂ ਉਹਨਾਂ ਦੀ ਚਾਹੇ ਫਾਈਨੈਂਸ਼ੀਅਲ ਅਸਿਸਟੈਂਸ ਦੀ ਗੱਲ ਹੈ ਚਾਹੇ ਵਾਈਸ ਚਾਂਸਲਰ ਅਪੁਆਇੰਟਮੈਂਟ ਦੀ ਗੱਲ ਹੈ, ਉਹ ਸਾਰੀ ਸਟੇਟ ਗੌਰਮੈਂਟ ਦਾ ਜਿਹੜੀ ਹੈਗੀ ਆ ਜੁਰੀਡਿਕਸ਼ਨ ਹੈ। ਔਰ ਲੇਕਿਨ ਜਦੋਂ ਦੀ BJP ਦੀ ਸਰਕਾਰ ਆਈ ਹੈ ਜਿੱਥੇ ਨੋਨ BJP ਸਟੇਟਸ ਹੈ ਉੱਥੇ
ਐਜੂਕੇਸ਼ਨ ਇੰਸਟੀਟਿਊਟ 'ਚ ਦਖਲ ਅੰਦਾਜ਼ੀ ਇਹਨਾਂ ਦੀ ਵਧੀ ਹੈ। ਬੰਗਾਲ 'ਚ ਵੀ ਦੇਖਿਆ ਆਪਾਂ, ਕੇਰਲਾ 'ਚ ਵੀ ਈਵਨ ਜਿਹੜੇ ਗਵਰਨਰ ਹੈ। ਸੋ ਅਸੀਂ ਸਾਡਾ ਇਹ ਮੰਨਣਾ ਆ ਵੀ ਸਟੇਟਸ ਜਿਹੜੀਆਂ ਯੂਨੀਵਰਸਿਟੀਜ਼ ਹੈ ਉਹਨਾਂ ਦਾ ਚਾਂਸਲਰ ਜਿਹੜਾ ਆ ਸੈਂਟਰ ਸਰਕਾਰ ਦਾ ਨਹੀਂ ਹੋਣਾ ਚਾਹੀਦਾ, ਉਹ ਸਟੇਟ ਸਰਕਾਰ। ਅੱਛਾ, ਅਨੰਦਪੁਰ ਹਲਕੇ ਦੀ ਗੱਲ ਕਰ ਰਹੇ ਹਾਂ, ਜਿੱਥੇ ਤੁਸੀਂ ਲੋਕ ਸਭਾ ਮੈਂਬਰ ਹੋ, ਇੱਥੇ ਸਭ ਤੋਂ ਜ਼ਿਆਦਾ ਮਾਈਨਿੰਗ ਦਾ ਮੁੱਦਾ ਬਹੁਤ ਵਾਰ ਉੱਠਦਾ ਹੈ, ਵਿਰੋਧੀ ਵੀ ਉਠਾਉਂਦੇ ਨੇ, ਇਸ ਨੂੰ ਲੈ ਕੇ ਤੁਸੀਂ ਕੀ ਕਦਮ ਉਠਾਓਗੇ? ਦੇਖੋ, ਉਹਦੇ 'ਤੇ ਆਲਰੇਡੀ ਮਾਨ ਸਾਹਿਬ ਦੀ ਸਰਕਾਰ ਕਈ ਸਟੈਪ ਲੈ ਰਹੀ ਹੈ, ਜਿੱਥੇ ਜਿੱਥੇ ਵੀ ਕੋਈ ਕੁਤਾਹੀ ਹੈ ਉਹਦੇ ਖਿਲਾਫ ਐਕਸ਼ਨ ਵੀ ਹੋਏ ਆ। ਬਾਕੀ ਉਹਨੂੰ ਪੂਰਾ ਸਟ੍ਰੀਮਲਾਈਨ ਕਰ ਰਹੇ ਹਾਂ, ਕਿਉਂਕਿ ਇਹਦੇ 'ਚ ਕਾਫੀ ਜਿਵੇਂ ਕਹਿ ਲਓ ਵੀ ਬਿਗ ਫਿਸ਼ ਇਨਵੋਲਵ ਹੈ, ਇਨਫਲੂਐਂਸ਼ੀਅਲ ਲੋਕ, ਕਿਉਂਕਿ ਇਹ ਇਕਨੋਮਿਕ ਇੰਟਰਸਟ ਹੈ ਲੋਕਾਂ ਦੇ। ਲੇਕਿਨ ਕਾਫੀ ਹੱਦ ਤੱਕ ਉਹਦੇ 'ਤੇ ਰੋਕ ਲੱਗੀ ਆ, ਜਿਹੜੇ ਜਿੱਥੇ ਹੁਣ ਸ਼ਿਕਾਇਤ ਹੁੰਦੀ ਆ ਉਹਦੇ 'ਤੇ ਵੀ ਪੰਜਾਬ ਸਰਕਾਰ ਕਰ ਰਹੀ ਆ। ਤਾਂ ਇਹ ਸੀ ਸਾਡੇ ਨਾਲ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਗੰਗ, ਜੋ ਦੱਸ ਰਹੇ ਸਨ ਕਿ ਮਾਈਨਿੰਗ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਕਾਫੀ ਵਧੀਆ ਕੰਮ ਕਰ ਰਹੀ ਹੈ ਅਤੇ ਲੋਕਾਂ ਦੇ ਉੱਤੇ ਕਾਰਵਾਈ ਵੀ ਕੀਤੀ ਗਈ ਹੈ। ਸਭ ਤੋਂ ਵੱਡੀ ਗੱਲ ਹੈ ਸ਼ਾਨਨ ਪ੍ਰੋਜੈਕਟ ਨੂੰ ਲੈ ਕੇ ਇਹਨਾਂ ਨੇ ਕਿਹਾ ਕਿ ਹਿਮਾਚਲ ਦੇ ਕੋਲ ਨਹੀਂ ਜਾਣਾ ਚਾਹੀਦਾ, ਸਭ ਤੋਂ ਵੱਡੀ ਗੱਲ ਇਹਨਾਂ ਨੇ ਕਹੀ ਹੈਗੀ ਹੈ। ਅਤੇ ਦੂਜੀ ਗੱਲ, ਜੋ ਯੂਨੀਵਰਸਿਟੀ ਸੰਸ਼ੋਧਨ ਬਿੱਲ ਪਾਸ ਕਰਕੇ ਭੇਜਿਆ ਸੀ, ਉਸ ਨੂੰ ਲੈ ਕੇ ਇਹਨਾਂ ਨੇ ਕਿਹਾ ਹੈਗਾ ਕਿ ਇਹ ਜੇ ਹੈ ਬਿੱਲ ਸਟੇਟ ਦੇ ਵਿਚਕਾਰ ਜੇ ਹੈ ਉਹ ਮੁੱਖ ਮੰਤਰੀ ਹੀ ਜੇ ਹੈ ਆਪਣਾ ਜੇ ਹੈ ਚਾਂਸਲਰ ਹੋਣਾ ਚਾਹੀਦਾ। ਕੈਮਰਾਮੈਨ ਜਗਜੀਤ ਦੇ ਨਾਲ ਨੀਰੂ ਪਿਚਲਵਾਨ, ਦੈਨਿਕ ਸਵੇਰਾ ਟੀਵੀ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।